ਹੈਲੋ ਫਰੈਂਡਸ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੂਲਸ 29 ਤੇ। ਫਰੈਂਡਸ, ਪੀਟੈਟ ਦੇ ਲਈ ਅੱਜ ਦਾ ਜੋ ਕਲਾਸ ਹੈ ਉਹ ਬਹੁਤ ਹੀ ਜ਼ਰੂਰੀ ਹੈ। ਪੰਜਾਬ ਬੋਰਡ ਦੀਆਂ ਕਿਤਾਬਾਂ 'ਚੋਂ ਆਪਾਂ ਪੰਜਾਬ ਬੋਰਡ ਦਾ ਜਿਹੜਾ ਭੂਗੋਲ ਦਾ ਪਹਿਲਾ ਲੈਸਨ ਹੈ ਉਹ ਕਰਾਂਗੇ, ਜਿਹਦਾ ਨਾਂ ਹੈ ਪ੍ਰਿਥਵੀ ਸੂਰਜੀ ਪਰਿਵਾਰ ਦਾ ਅੰਗ। ਅਤੇ ਬਹੁਤ ਜ਼ਰੂਰੀ ਲੈਸਨ ਹੈਗਾ ਫਰੈਂਡਸ, ਸਾਰੇ ਧਿਆਨ ਨਾਲ ਵੇਖਿਆ ਜੀ। ਅਤੇ ਫਰੈਂਡਸ ਆਪਾਂ ਸ਼ੁਰੂ ਕਰਦੇ ਹਾਂ, ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਜੀ। ਅਤੇ ਫਰੈਂਡਸ ਸ਼ੁਰੂ ਕਰਦੇ ਹਾਂ। ਪਹਿਲਾ ਜਿਹੜਾ ਕੁਸ਼ਚਨ ਹੈ ਉਹ ਹੈ, ਪ੍ਰਕਾਸ਼ ਇੱਕ ਸੈਕਿੰਡ ਵਿੱਚ ਕਿੰਨਾ ਸਫ਼ਰ ਤੈਅ ਕਰਦਾ ਹੈ? ਤਾਂ ਇਹਦਾ ਆਂਸਰ ਹੈ 300,000 ਕਿਲੋਮੀਟਰ ਇੱਕ ਸੈਕਿੰਡ 'ਚ। ਇਹ ਧਿਆਨ ਰੱਖਿਆ ਜੇ। ਅਤੇ ਅਗਲਾ ਜੋ ਕੁਸ਼ਚਨ ਹੈ ਉਹ, ਮੈਂ ਇੰਨਾ ਵੱਡਾ ਹਾਂ ਕਿ ਮੇਰਾ ਆਕਾਰ ਬਾਰੇ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਅਤੇ ਇਹ ਬ੍ਰਹਿਮੰਡਲ ਦੇ ਬਾਰੇ ਗੱਲ ਹੋ ਰਹੀ ਹੈ, ਇਸ ਗੱਲ ਦਾ ਧਿਆਨ ਰੱਖਿਆ ਜੇ। ਅਤੇ ਬ੍ਰਹਿਮੰਡਲ ਇੰਨਾ ਵੱਡਾ ਹੈ ਕਿ ਇਸ ਦੇ ਬਾਰੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤੀਜਾ ਕੁਸ਼ਚਨ ਵੇਖਦੇ ਹਾਂ ਫਰੈਂਡਸ। ਤੀਜਾ ਹੈਗਾ, ਸਾਡੀ ਜਿਹੜੀ ਧਰਤੀ ਹੈ ਸੂਰਜ ਤੋਂ ਕਿੰਨਾ ਦੂਰ ਹੈ? ਇਹ 15 ਕਰੋੜ ਕਿਲੋਮੀਟਰ ਦੂਰ ਹੈ। ਅਤੇ ਅਗਲਾ ਜੋ ਕੁਸ਼ਚਨ ਹੈ, ਉਹ 'ਚ ਕੁਸ਼ਚਨ ਨੰਬਰ 4, ਸਾਡੀ ਗਲੈਕਸੀ ਦਾ ਨਾਂ ਪੁੱਛਿਆ ਗਿਆ ਹੈ ਅਤੇ ਸਾਡੀ ਗਲੈਕਸੀ ਦਾ ਨਾਂ ਦੱਸਣਾ ਹੈਗਾ ਫਰੈਂਡਸ। ਅਤੇ ਆਕਾਸ਼ ਗੰਗਾ ਹੈਗਾ ਸਾਡੀ ਗਲੈਕਸੀ ਦਾ ਨਾਂ। ਅਗਲਾ ਜਿਹੜਾ ਕੁਸ਼ਚਨ ਨੰਬਰ 5 ਹੈਗਾ ਉਹ ਵੇਖਦੇ ਹਾਂ ਫਰੈਂਡਸ। ਸੂਰਜੀ ਪਰਿਵਾਰ ਵਿੱਚ ਕਿੰਨੇ ਗ੍ਰਹਿ ਹਨ? 8 ਗ੍ਰਹਿ ਹਨ। ਅਤੇ ਪੁੱਛਿਆ ਜਾਵੇ ਕਿ ਸਾਡੀ ਧਰਤੀ ਜਿਹੜੀ ਹੈਗੀ ਉਹ 9ਵੇਂ ਨੰਬਰ 'ਤੇ ਹੈਗੀ ਸੂਰਜ ਤੋਂ ਦੂਰੀ ਦੇ ਹਿਸਾਬ ਨਾਲ, ਤਾਂ ਉਹ 3ਜੇ ਨੰਬਰ 'ਤੇ ਹੈਗੀ। ਉਹ ਅੱਗੇ ਕੁਸ਼ਚਨ ਆਉਣਗੇ, ਆਪਾਂ ਵੇਖਾਂਗੇ ਜ਼ਰੂਰ। ਅਗਲਾ ਜਿਹੜਾ ਕੁਸ਼ਚਨ ਹੈ, ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ? ਸਭ ਤੋਂ ਵੱਡਾ ਗ੍ਰਹਿ ਬ੍ਰਹਿਸਪਤੀ, ਅਤੇ ਸਭ ਤੋਂ ਜਿਹੜੇ ਜੇਕਰ ਸਭ ਤੋਂ ਛੋਟਾ ਗ੍ਰਹਿ ਪੁੱਛ ਲਿਆ ਜਾਵੇ ਫਿਰ ਇਹ ਤੁਸੀਂ ਕਮੈਂਟ ਬਾਕਸ 'ਚ ਮੈਨੂੰ ਦੱਸਣਾ ਹੈ ਕਿ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈਗਾ। ਅਗਲਾ ਜੋ ਕੁਸ਼ਚਨ ਹੈ ਉਹ ਵੇਖਦੇ ਹਾਂ ਫਰੈਂਡਸ, ਸੂਰਜ ਤੋਂ ਦੂਰੀ ਦੇ ਹਿਸਾਬ ਨਾਲ ਸਾਡੀ ਧਰਤੀ 9ਵੇਂ ਨੰਬਰ 'ਤੇ ਆਉਂਦੀ ਹੈ, ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ 3ਜੇ ਨੰਬਰ 'ਤੇ। ਅਤੇ ਜੇਕਰ ਆਕਾਰ ਦੇ ਹਿਸਾਬ ਨਾਲ ਪੁੱਛਿਆ ਜਾਵੇ ਤਾਂ 5ਵੇਂ ਨੰਬਰ 'ਤੇ ਆਉਂਦੀ ਹੈ। ਅਗਲਾ ਕੁਸ਼ਚਨ ਇਹੀ ਹੈਗਾ, ਇਹ ਵੀ ਵੇਖ ਲੈਂਦੇ ਹਾਂ ਆਪਾਂ। ਅੱਗੇ 9ਵਾਂ ਕੁਸ਼ਚਨ ਕਰਦੇ ਹਾਂ ਫਰੈਂਡਸ। ਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ ਸੂਰਜ ਘੁੰਮਦੇ ਗੇਸੀ ਬੱਦਲ ਨੂੰ ਨੇਬੋਲਾ ਆਖਦੇ ਹਨ ਤੋਂ ਬਣਿਆ ਹੈ, ਤਾਂ ਇਹ ਇੱਕ ਸਟੇਟਮੈਂਟ ਹੈਗੀ, ਇਹ ਵੇਖਣੀ ਆਪਾਂ ਕਿ ਇਹ ਸਹੀ ਹੈ ਗਲਤ ਹੈ। ਇਹ ਸਹੀ ਹੈਗੀ, ਬਿਲਕੁਲ ਧਿਆਨ ਰੱਖਿਆ ਜੇ। ਨੇਬੂਲਾ ਬੱਦਲ ਹੈਗਾ, ਉਸ ਤੋਂ ਬਣਿਆ, ਇਸ ਬਾਰ ਗੱਲ ਦਾ ਧਿਆਨ ਰੱਖਿਆ ਜੇ ਫਰੈਂਡਸ। ਅੱਗੇ ਕੁਸ਼ਚਨ ਨੰਬਰ 10, ਸੂਰਜ ਦੇ ਸਭ ਤੋਂ ਨੇੜਲਾ ਗ੍ਰਹਿ ਜਿਹੜਾ ਹੈ ਉਹ ਦੱਸਣਾ ਹੈ, ਉਹ ਬੁੱਧ ਹੈਗਾ ਫਰੈਂਡਸ। ਸੌਰ ਮੰਡਲ ਵਿੱਚ ਕਿਹੜਾ ਇੱਕੋ ਇੱਕ ਗ੍ਰਹਿ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ? ਇਹ ਥੋੜ੍ਹਾ ਜਿਹਾ ਇਹਦੇ 'ਚ ਗਲਤ ਦਿੱਤਾ ਹੋਇਆ ਫਰੈਂਡਸ। ਇੱਕੋ ਇੱਕ ਗ੍ਰਹਿ ਨਹੀਂ ਗਾ, ਦੋ ਗ੍ਰਹਿ ਹੈਗੇ ਜਿਹੜੇ ਪੂਰਬ ਤੋਂ ਪੱਛਮ ਵੱਲ ਘੁੰਮਦੇ ਨੇ। ਇੱਕ ਤਾਂ ਸ਼ੁੱਕਰ ਹੈ ਅਤੇ ਇੱਕ ਹੋਰ ਗ੍ਰਹਿ ਹੈਗਾ ਜਿਹੜਾ ਅਰੁਣ ਗ੍ਰਹਿ ਹੈਗਾ, ਉਹ ਵੀ ਪੱਛਮ ਤੋਂ ਪੂਰਬ ਵੱਲ ਘੁੰਮਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜੀ, ਦੋ ਗ੍ਰਹਿ ਹੈਗੇ। ਜੇ ਦੋ ਆਪਸ਼ਨਾਂ ਦੋਨੋਂ ਆਪਸ਼ਨ ਆਵੇ ਤਾਂ ਤੁਸੀਂ ਸ਼ੁੱਕਰ 'ਤੇ ਲਾਓਗੇ, ਅਤੇ ਦੋਵੇਂ ਇਕੱਠੀਆਂ ਆਪਸ਼ਨਾਂ ਨਹੀਂ ਆਉਣਗੀਆਂ। ਅਗਲਾ ਜਿਹੜਾ ਕੁਸ਼ਚਨ ਹੈ ਉਹ ਵੇਖਦੇ ਹਾਂ ਫਰੈਂਡਸ, ਧਰਤੀ ਕਿਸ ਦਿਸ਼ਾ ਵੱਲ ਘੁੰਮਦੀ ਹੋਈ ਸੂਰਜ ਦੀ ਪਰਿਕਰਮਾ ਕਰਦੀ ਹੈ? ਤਾਂ ਉਹ ਪੱਛਮ ਤੋਂ ਪੂਰਬ ਵੱਲ, ਇਸ ਗੱਲ ਦਾ ਧਿਆਨ ਰੱਖਿਆ ਜੀ। ਸੌਰ ਮੰਡਲ ਦਾ ਸਭ ਤੋਂ ਵੱਡਾ ਗ੍ਰਹਿ, ਗਰਮ ਅਤੇ ਚਮਕੀਲਾ ਗ੍ਰਹਿ ਦੱਸਣਾ ਹੈ, ਉਹ ਸ਼ੁੱਕਰ ਹੈਗਾ। ਸੌਰ ਮੰਡਲ ਦੇ ਕਿਸ ਗ੍ਰਹਿ ਨੂੰ ਧਰਤੀ ਦਾ ਜੁੜਵਾ ਗ੍ਰਹਿ ਕਿਹਾ ਜਾਂਦਾ ਹੈ? ਇਹ ਵੀ ਕੁਸ਼ਚਨ ਬਹੁਤ ਵਾਰ ਪੁੱਛਿਆ ਜਾਂਦਾ ਫਰੈਂਡਸ, ਉਹ ਸ਼ੁੱਕਰ ਗ੍ਰਹਿ ਨੂੰ ਕਿਹਾ ਜਾਂਦਾ, ਅਤੇ ਕਿਸ ਕਾਰਨ ਕਿਹਾ ਜਾਂਦਾ? ਇਸ ਦੇ ਆਕਾਰ ਦੇ ਹਿਸਾਬ ਨਾਲ ਤਾਂ ਵੀ ਕਿਹਾ ਜਾਂਦਾ ਇਸ ਨੂੰ। ਅਤੇ ਇੱਕ ਗੱਲ ਹੋਰ ਪੁੱਛੀ ਜਾਂਦੀ ਹੈ ਸ਼ੁੱਕਰ ਗ੍ਰਹਿ ਬਾਰੇ ਕਿ ਧਰਤੀ ਦੇ ਸਭ ਤੋਂ ਨੇੜੇ ਜਿਹੜਾ ਗ੍ਰਹਿ ਹੈ ਉਹ ਵੀ ਸ਼ੁੱਕਰ ਹੀ ਹੈਗਾ, ਇਹ ਵੀ ਆਪਸ਼ਨ 'ਚ ਦਿੱਤਾ ਹੁੰਦਾ। ਇਹਦੇ 'ਚ ਮੰਗਲ ਗ੍ਰਹਿ ਵੀ ਨੇੜੇ ਹੈ, ਪਰ ਉਸ ਤੋਂ ਵੱਧ ਨੇੜੇ ਜਿਹੜਾ ਹੈ ਉਹ ਸ਼ੁੱਕਰ ਗ੍ਰਹਿ ਹੈਗਾ, ਇਸ ਗੱਲ ਦਾ ਧਿਆਨ ਰੱਖਿਆ ਜੀ। ਅਗਲਾ ਜਿਹੜਾ ਕੁਸ਼ਚਨ ਹੈ ਉਹ ਵੇਖਦੇ ਫਰੈਂਡਸ, ਧਰਤੀ ਦੇ ਉਪਗ੍ਰਹਿ ਦਾ ਕੀ ਨਾਂ ਹੈ? ਅਤੇ ਇੱਕੋ ਇੱਕ ਉਪਗ੍ਰਹਿ ਹੈਗਾ ਧਰਤੀ ਦਾ, ਉਹਦਾ ਨਾਂ ਹੈ ਚੰਨ। ਅਗਲਾ ਕੁਸ਼ਚਨ ਵੇਖਦੇ ਹਾਂ ਫਰੈਂਡਸ, ਚੰਨ ਧਰਤੀ ਦੀ ਪਰਿਕਰਮਾ ਕਿੰਨੇ ਦਿਨਾਂ ਵਿੱਚ ਪੂਰੀ ਕਰਦਾ? 27 ਦਿਨਾਂ ਵਿੱਚ ਪੂਰੀ ਕਰਦਾ ਹੈ। ਅਤੇ ਅਗਲਾ ਜਿਹੜਾ ਕੁਸ਼ਚਨ ਹੈ ਉਹ, ਚੰਨ ਆਪਣੇ ਧੁਰੇ ਦੁਆਲੇ ਪਰਿਕਰਮਾ ਇੱਥੇ 7 ਘੰਟਿਆਂ ਵਿੱਚ ਪੂਰੀ ਕਰਦਾ ਹੈ, ਅਤੇ NCERT ਦੇ ਹਿਸਾਬ ਨਾਲ ਚੱਲਦੇ ਹਾਂ ਤਾਂ ਫਰੈਂਡਸ ਉਹ ਵੀ 27 ਦਿਨਾਂ ਵਿੱਚ ਦੱਸਦੇ ਨੇ ਕਿ ਜਿੰਨੇ ਸਮੇਂ ਵਿੱਚ ਧਰਤੀ ਦੀ ਪਰਿਕਰਮਾ ਕਰਦਾ ਹੈ ਉਨੇ ਸਮੇਂ ਵਿੱਚ ਹੀ ਆਪਣੇ ਧੁਰੇ ਦੁਆਲੇ ਪਰਿਕਰਮਾ ਕਰਦਾ ਹੈ, ਤਾਂ ਉਹਦੇ 'ਚ 27 ਦਿਨ ਹੈ। ਲੇਕਿਨ ਆਪਾਂ ਪੰਜਾਬ ਬੋਰਡ ਦੀਆਂ ਕਿਤਾਬਾਂ ਦੇ ਹਿਸਾਬ ਨਾਲ 7 ਦਿਨ ਵੀ ਯਾਦ ਰੱਖਾਂਗੇ ਅਤੇ 27 ਦਿਨ ਵੀ ਯਾਦ ਰੱਖਾਂਗੇ।
ਇਹ ਵੀ ਧਿਆਨ ਰੱਖਿਆ ਜੀ ਫਰੈਂਡਸ। ਅਗਲਾ ਜਿਹੜਾ ਕੁਐਸਚਨ ਹੈ, ਚੰਨ ਧਰਤੀ ਤੋਂ ਕਿੰਨਾ ਦੂਰ ਹੈ? 384,400 ਕਿਲੋਮੀਟਰ। ਇਹ ਧਿਆਨ ਰੱਖਿਆ ਜੀ ਫਰੈਂਡਸ। ਅਗਲਾ ਜਿਹੜਾ ਕੁਐਸਚਨ ਹੈ ਉਹ ਵੇਖਦੇ ਹਾਂ ਫਰੈਂਡ। ਪੁਲਾੜ ਯਾਤਰੀ ਜਿਹੜਾ ਨੀਲ ਆਰਮਸਟਰੋਂਗ ਅਤੇ ਐਲਡਰੀਨ ਚੰਨ ਦੀ ਸਤਹਿ 'ਤੇ ਪਹਿਲੀ ਵਾਰੀ ਕਦੋਂ ਕਦਮ ਰੱਖਿਆ ਜੀ? 21 ਜੁਲਾਈ 1969 ਨੂੰ ਕਦਮ ਰੱਖਿਆ ਜੀ। ਇਹ ਧਿਆਨ ਰੱਖਿਆ ਜੀ। ਅਗਲਾ ਜਿਹੜਾ ਕੁਐਸਚਨ ਹੈ ਉਹ ਵੇਖਦੇ ਹਾਂ ਫਰੈਂਡਸ, ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ। ਸਾਡੀ ਧਰਤੀ ਚਪਟਾ ਗੋਲਾ ਹੈ, ਜਿਸ ਨੂੰ ਕੀ ਕਿਹਾ ਜਾਂਦਾ ਹੈ? ਧਰਤ ਗੋਲਾ ਕਿਹਾ ਜਾਂਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜੀ। ਅਤੇ ਇਸ ਦਾ ਆਕਾਰ ਕੀ ਹੋ ਜਾਏਗਾ ਪੁੱਛ ਲੈਂਦੇ ਕਈ ਵਾਰੀ, ਜੋਇਡ, ਜੋਇਡ ਕਿਹਾ ਜਾਂਦਾ ਇੰਗਲਿਸ਼ 'ਚ ਉਹਨੂੰ, ਅਤੇ ਜੋਇਡ ਲਿਖਿਆ ਹੁੰਦਾ ਕਈ ਵਾਰ, ਤਾਂ ਇਸ ਗੱਲ ਦਾ ਧਿਆਨ ਰੱਖਿਆ ਜੀ, ਜੋਇਡ ਆਕਾਰ ਦੀ ਹੈਗੀ। ਅਗਲਾ ਜਿਹੜਾ ਕੁਐਸਚਨ ਹੈ, ਧਰਤੀ ਦਾ ਘੇਰਾ ਕਿੰਨਾ ਹੈ? 40,000 ਕਿਲੋਮੀਟਰ। ਇਸ ਗੱਲ ਦਾ ਧਿਆਨ ਰੱਖਿਆ ਜੀ। ਧਰਤੀ ਦਾ ਵਿਆਸ 12,756 ਕਿਲੋਮੀਟਰ ਹੈ, ਇਹ ਕਥਨ ਦਿੱਤਾ ਹੈ। ਇਹ ਸਹੀ ਹੈਗਾ, ਬਿਲਕੁਲ ਜਮਾਂ ਸਹੀ ਹੈ। ਧਿਆਨ ਰੱਖਿਆ ਜੇ, ਇਹ ਆਂਕੜੇ ਧਿਆਨ ਰੱਖਿਆ ਜੇ ਤੁਸੀਂ, ਇਹ ਸਹੀ ਗਲਤ ਆਪਣੇ ਆਪ ਯਾਦ ਹੋ ਜੂਗੇ। ਅਗਲਾ ਜਿਹੜਾ ਕੁਐਸਚਨ ਹੈ ਉਹ ਵੇਖਦੇ ਹਾਂ, ਜਦੋਂ ਧਰਤੀ ਸੂਰਜ ਅਤੇ ਤਨ ਚੰਨ ਦੇ ਵਿਚਕਾਰ ਆ ਜਾਂਦੀ ਹੈ ਤਾਂ ਉਸ ਵੇਲੇ ਕਿਹੜਾ ਗ੍ਰਹਿਣ ਲੱਗਦਾ ਹੈ? ਜਦੋਂ ਧਰਤੀ ਸੂਰਜ ਅਤੇ ਚੰਨ ਜਦੋਂ ਧਰਤੀ ਵਿਚਕਾਰ ਆ ਜਾਂਦੀ ਹੈ ਤਾਂ ਚੰਨ ਗ੍ਰਹਿਣ ਲੱਗਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜੀ। ਅਤੇ ਜਦੋਂ ਚੰਨ ਵਿਚਕਾਰ ਆਉਂਦੇ ਸੂਰਜ ਗ੍ਰਹਿਣ ਲੱਗਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖਿਆ ਜੀ ਫਰੈਂਡਸ ਤੁਸੀਂ। ਅਗਲਾ ਜਿਹੜਾ ਕੁਐਸਚਨ ਹੈ ਉਹ ਵੇਖਦੇ ਹਾਂ ਫਰੈਂਡਸ, ਧਰਤੀ ਦੇ ਉੱਤਰ ਅਤੇ ਦੱਖਣੀ ਸਿਰਿਆਂ ਨੂੰ ਕੀ ਆਖਦੇ ਹਨ? ਧਰੂ ਆਖਦੇ ਹਨ ਫਰੈਂਡਸ। ਉੱਤਰੀ ਧਰੂਵ, ਉੱਤਰੀ ਸਿਰੇ ਨੂੰ ਉੱਤਰੀ ਧਰੂਵ, ਦੱਖਣੀ ਸਿਰੇ ਨੂੰ ਦੱਖਣੀ ਧਰੂਵ, ਅਤੇ ਇਹ ਕਿਹੜੇ 90-90 ਡਿਗਰੀ 'ਤੇ ਹੈਗੇ? ਦੋਵੇਂ 90 ਡਿਗਰੀ ਉੱਤਰੀ ਧਰੂਵ, 90 ਡਿਗਰੀ ਦੱਖਣੀ ਧਰੂਵ। ਇਹ ਵੀ ਧਿਆਨ ਰੱਖਿਆ ਜੇ ਤੁਸੀਂ ਫਰੈਂਡਸ। ਕਿਹੜੀ ਕਾਲਪਨਿਕ ਰੇਖਾ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ? ਭੂਮੱਧ ਰੇਖਾ, ਭੂਮੱਧ ਰੇਖਾ ਹੈਗੀ, ਕਾਲਪਨਿਕ ਰੇਖਾ ਹੈ ਉਹ ਇੱਕ। ਅਗਲਾ ਜਿਹੜਾ ਕੁਐਸਚਨ ਹੈ ਉਹ ਵੇਖਦੇ ਹਾਂ, ਹੈਲੋ ਦਾ ਪੁੱਛਲ ਤਾਰਾ ਕਿੰਨੇ ਸਾਲਾਂ ਬਾਅਦ ਦਿਖਾਈ ਦਿੰਦਾ ਹੈ? 75 ਤੋਂ 76 ਸਾਲਾਂ ਬਾਅਦ ਦਿਖਾਈ ਦਿੰਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜੀ। ਅਗਲਾ ਜਿਹੜਾ ਕੁਐਸਚਨ ਹੈ ਉਹ ਵੇਖਦੇ ਹਾਂ ਫਰੈਂਡਸ, ਬੁੱਧ ਸੂਰਜ ਦੁਆਲੇ ਆਪਣੀ ਪਰਿਕਰਮਾ ਜਿਹੜੀ ਕਿੰਨੇ ਸਮੇਂ ਵਿੱਚ ਪੂਰੀ ਕਰਦਾ ਹੈ? 88 ਦਿਨਾਂ ਵਿੱਚ ਪੂਰੀ ਕਰਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜੇ, ਪੁੱਛ ਲੈਂਦੇ ਹਾਂ ਕਈ ਵਾਰ, ਬਹੁਤ ਵਾਰ, ਅਤੇ ਬੁੱਧ ਜਿਹੜਾ ਹੈਗਾ ਉਹ ਸੂਰਜ ਦੀ ਪਰਿਕਰਮਾ ਸਭ ਤੋਂ ਘੱਟ ਸਮੇਂ ਵਿੱਚ ਪੂਰੀ ਕਰਦਾ ਹੈ। ਇਸ ਗੱਲ ਦਾ ਵੀ ਧਿਆਨ ਰੱਖਿਆ ਜੇ ਕਿ ਸਭ ਤੋਂ ਘੱਟ ਸਮਾਂ ਕਿਹੜਾ ਗ੍ਰਹਿ ਲੈਂਦਾ ਹੈ? ਤਾਂ ਉਹ ਬੁੱਧ ਲੈਂਦਾ ਹੈ ਸ਼ੁੱਕਰ ਦੀ ਜਿਹੜੀ ਪਰਿਕਰਮਾ ਪੂਰੀ ਕਰਨ 'ਚ। ਅਤੇ ਆਪਣੇ ਧੂਰੇ ਦੁਆਲੇ ਪੁੱਛ ਲੈਂਦੇ ਕਈ ਵਾਰ ਕਿ ਆਪਣੇ ਧੂਰੇ ਦੁਆਲ ਸਭ ਦੁਆਲੇ ਸਭ ਤੋਂ ਤੇਜ਼ ਗ੍ਰਹਿ ਕਿਹੜਾ ਘੁੰਮਦਾ ਹੈ? ਅਤੇ ਉਹ ਜਿਹੜਾ ਗ੍ਰਹਿ ਹੈਗਾ ਉਹ ਬ੍ਰਹਿਸਪਤੀ ਗ੍ਰਹਿ ਹੈਗਾ। ਸਭ ਤੋਂ ਵੱਡਾ ਵੀ ਬ੍ਰਹਿਸਪਤੀ ਹੈ ਅਤੇ ਸਭ ਤੋਂ ਤੇਜ਼ ਵੀ ਬ੍ਰਹਿਸਪਤੀ ਘੁੰਮਦਾ ਹੈ। ਇਸ ਗੱਲ ਦਾ ਧਿਆਨ ਰੱਖਿਆ ਜੀ ਫਰੈਂਡਸ। ਅਗਲਾ ਜਿਹੜਾ ਕੁਐਸਚਨ ਉਹ ਵੇਖ ਲੈਂਦੇ ਹਾਂ ਫਰੈਂਡਸ, ਜਿਹੜੇ ਖੰਗੋਲੀ ਜਾਂ ਆਕਾਸੀ ਪਿੰਡ ਆਪਣੀ ਰੋਸ਼ਨੀ ਕਰਕੇ ਚਮਕਦੇ ਹਨ ਉਹਨਾਂ ਨੂੰ ਕੀ ਆਖਦੇ ਹਨ? ਤਾਰੇ ਆਖਦੇ ਹਨ। ਤਾਰਿਆਂ ਕੋਲ ਆਪਣੀ ਰੋਸ਼ਨੀ ਹੈ। ਇਸ ਗੱਲ ਦਾ ਧਿਆਨ ਰੱਖਿਆ ਜੇ, ਜਿਹੜੇ ਗ੍ਰਹਿ ਹੈਗੇ ਨਾ ਉਹਨਾਂ ਕੋਲ ਆਪਣੀ ਰੋਸ਼ਨੀ ਨਹੀਂ ਹੈਗੀ, ਅਤੇ ਸੂਰਜ ਵੀ ਇੱਕ ਤਾਰਾ ਹੈ। ਇਸ ਗੱਲ ਦਾ ਵੀ ਧਿਆਨ ਰੱਖਿਆ ਜੇ। ਇਹ ਅਗਲਾ ਕੁਐਸਚਨ ਵੀ ਆ ਗਿਆ 29 ਨੰਬਰ, ਕਿ ਸੂਰਜ ਇੱਕ ਤਾਰਾ ਹੈ। ਇਹ ਸਹੀ ਹੈ, ਬਿਲਕੁਲ ਜਮਾਂ। ਅਗਲਾ ਅਤੇ ਆਖਰੀ ਕੁਐਸਚਨ ਹੈਗਾ ਇਸ ਲੈਸਨ ਦਾ, ਉਹ ਵੇਖਦੇ ਹਾਂ ਫਰੈਂਡਸ, ਗ੍ਰਹਿ ਸੰਬੰਧ ਕਿਹੜੀ ਭਾਸ਼ਾ ਵਿੱਚ ਜਿਹੜੀ ਆ ਘੁੰਮਣ ਵਾਲੀਆਂ ਚੀਜ਼ਾਂ ਨੂੰ ਕਹਿੰਦੇ ਆ? ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ। ਅਤੇ ਯੂਨਾਨੀ ਭਾਸ਼ਾ ਵਿੱਚ ਗ੍ਰਹਿ ਨੂੰ ਕਹਿੰਦੇ ਹਨ ਘੁੰਮਣ ਵਾਲੀਆਂ ਚੀਜ਼ਾਂ ਆਪਣੇ ਧੂਰੇ ਦੁਆਲੇ, ਤਾਂ ਇਸ ਗੱਲ ਦਾ ਧਿਆਨ ਰੱਖਿਆ ਜੀ ਫਰੈਂਡਸ। ਅਤੇ ਫਰੈਂਡਸ, ਵੀਡੀਓ ਚੰਗੀ ਲੱਗੀ ਅਤੇ ਲਾਈਕ ਕਰਿਆ ਜੇ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਫਰੈਂਡਸ, ਅਤੇ ਬਣੇ ਰਹੋ ਸਾਡੇ ਚੈਨਲ 'ਤੇ। ਧੰਨਵਾਦ ਫਰੈਂਡਸ।